ਏਵਨ ਪੰਜਾਬੀ ਤੇ ਏਵਨ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦੇ ਹਾਂ। ਪਿਛਲੇ ਦਿਨੀ ਇੱਕ ਰੋਪੜ ਤੋਂ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ MLA ਅਮਰਜੀਤ ਸਿੰਘ ਸਦੋਆ ਵੱਲੋਂ ਜਦੋਂ ਸਟਿੰਗ ਆਪਰੇਸ਼ਨ ਉਸ ਜਗ੍ਹਾ ਜਿਸ ਜਗ੍ਹਾ ਮਾਈਨਿੰਗ ਹੋ ਰਹੀ ਸੀ ਉਸ ਜਗ੍ਹਾ ਦਾ ਕੀਤਾ ਗਿਆ ਤਾਂ ਉਸ ਦੇ ਉੱਪਰ ਹਮਲਾ ਵੀ ਹੋਇਆ, PGI ਵਿੱਚ ਐਡਮਿਟ ਵੀ ਹੋ ਗਏ, ਲੇਕਿਨ ਉਹਨਾਂ ਦੇ PA ਦੇ ਬਿਆਨ ਦਰਜ ਕੀਤੇ ਗਏ। ਲੇਕਿਨ ਹੁਣ ਕਿਤੇ ਨਾ ਕਿਤੇ PA ਜੋ ਹੈ ਉਹ ਆਪਣੇ ਬਿਆਨਾਂ ਤੋਂ ਥੋੜ੍ਹਾ ਜਿਹਾ ਐਕਸਾਈਟ ਤੇ ਹੋ ਰਹੇ ਨੇ। ਪਾਰਟੀ ਵਰਕਰਾਂ ਨੇ ਇੱਕ ਅਰਵਿੰਦ ਕੇਜਰੀਵਾਲ ਸਾਹਿਬ ਨੂੰ ਪੱਤਰ ਲਿਖਿਆ, ਉਹਨਾਂ ਨੂੰ ਦੱਸਿਆ ਕਿ ਇਹ ਇਸ ਤਰ੍ਹਾਂ ਹੋ ਰਿਹਾ ਅਤੇ ਕਿਉਂ ਹੋ ਰਿਹਾ। ਪਾਰਟੀ ਵਰਕਰਾਂ ਨੇ ਕੀ ਕਿਹਾ ਸੁਣੋ ਤੁਸੀਂ। ਇਸ ਵਿੱਚ ਸਾਰੇ ਵਲੰਟੀਅਰ ਜਿਹੜੇ ਇਕੱਠੇ ਸੀਗੇ ਪੁਰਾਣੇ, ਉਹਨਾਂ ਨੇ ਵਿਚਾਰ ਕੀਤਾ, ਵਿਚਾਰ ਕਰਕੇ ਇੱਕ ਲਿਖਤੀ ਮੰਗ ਪੱਤਰ ਜਿਹੜਾ ਇਹਨਾਂ ਦੋਵਾਂ ਦਾ ਮਾਫੀਆ ਨਾਲ ਮਾਈਨਰ ਸੰਬੰਧ ਹੈ ਉਹ ਆਪਣੇ ਜ਼ਿਲ੍ਹਾ ਅਧਿਕਾਰੀ ਨੂੰ ਦਿੱਤਾ, ਔਰ ਜ਼ਿਲ੍ਹਾ ਅਧਿਕਾਰੀ ਨੇ ਸਾਨੂੰ ਪੂਰੀ ਤਸੱਲੀ ਦਿੱਤੀ ਹੈ ਕਿ ਮੈਂ ਉੱਪਰ ਪਹੁੰਚਾਵਾਂਗਾ ਔਰ ਸਾਰੇ ਜਿਹੜੀ ਕਾਰਵਾਈ ਹੈ ਬਣਦੀ ਹੈ ਜੋ ਪਾਰਟੀ ਕਰਪਟ ਦੇ ਖਿਲਾਫ਼ ਕਰਨਾ ਚਾਹੁੰਦੀ ਉਹ ਕਰੂਗੀ। ਇਸ ਕਰਕੇ ਅਸੀਂ ਮੰਗ ਪੱਤਰ ਜਿਹੜਾ ਆਪਣੇ ਅਧਿਆਕਸ ਮਾਸਟਰ ਦਿਆਲ ਸਿੰਘ ਜਿਹੜਾ ਰੋਸ ਹੁੰਦਾ ਹੈ ਗੁੱਸਾ ਕਿਸੇ ਵਲੰਟੀਅਰ 'ਚ ਉਹਦਾ ਜਿਹੜਾ ਅਸੀਂ ਅੱਗੇ ਪੇਸ਼ ਕਰਾਂਗੇ, ਪਾਰਟੀ ਹਾਈਕਮਾਂਡ ਤੱਕ ਪਹੁੰਚਾਵਾਂਗੇ। ਲੋਕਾਂ ਦਾ ਗੁੱਸਾ ਜਾਂ ਰੋਸ ਹੈ ਜਿਹੜਾ ਕਿਸੇ ਵੀ ਵਲੰਟੀਅਰ ਦਾ ਉਹ ਪਾਰਟੀ ਹਾਈਕਮਾਂਡ ਤੱਕ ਪਹੁੰਚਾਵਾਂਗੇ, ਪਾਰਟੀ ਉਹਦੇ ਬਦਲਤੀ ਜੋ ਢੁੱਕਵਾਂ ਫੈਸਲਾ ਹੋਵੇਗਾ ਉਹ ਕਰੇਗਾ। ਬਿਲਕੁਲ ਜੀ, ਇਸ ਦੀ ਜਾਂਚ ਹੋਣੀ ਚਾਹੀਦੀ ਹੈ, ਪੜਤਾਲ ਹੋਣੀ ਚਾਹੀਦੀ ਹੈ, ਇਹ ਉਹਨਾਂ ਨੇ ਬਿਲਕੁਲ ਕਹਿ ਦਿੱਤਾ। ਹੁਣ ਅਰਵਿੰਦ ਕੇਜਰੀਵਾਲ ਸਾਹਿਬ ਇਸ ਪੱਤਰ 'ਤੇ ਕੀ ਐਕਸ਼ਨ ਲੈਂਦੇ ਆ ਇਹ ਤਾਂ ਮੇਰੇ ਤੋਂ ਬਿਹਤਰ ਉਹ ਹੀ ਜਾਣਦੇ ਨੇ। ਪ੍ਰੋਗਰਾਮ ਦੇ ਅੰਤ 'ਚ ਕਮੈਂਟ ਕਰਿਆ ਕਰੋ, ਚੰਗੀ ਭਾਸ਼ਾ 'ਚ ਕਰਿਆ ਕਰੋ, ਵਲਗਰ ਭਾਸ਼ਾ ਦਾ ਇਸਤੇਮਾਲ ਨਾ ਕਰਿਆ ਕਰੋ। ਜੇਕਰ ਤੁਹਾਡੇ ਕੋਲ ਵੀ ਖਬਰ ਹੈ, ਉਸ ਦੀ ਜਾਣਕਾਰੀ ਹੈ ਤਾਂ ਮੇਲ ਕਰੋ evenlivepunjab@gmail.com। ਸੰਪਰਕ ਕਰਨਾ ਚਾਹੁੰਦੇ ਹੋ 6288-3739 'ਤੇ ਕਰ ਸਕਦੇ ਹੋ। ਏਵਨ ਪੰਜਾਬੀ ਅਤੇ ਏਵਨ ਨਿਊਜ਼ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ। ਫਾਰ ਆਲ ਅਪਡੇਟਡ ਨਿਊਜ਼ ਪਲੀਜ਼ ਸਬਸਕ੍ਰਾਈਬ ਏਵਨ ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ।